ਜੇ ਤੋ ਗੀਤ ਸੁਣਦੇ ਆ ਤੁਹਾਨੂੰ ਲੱਗਦਾ ਹੀ ਨਹੀਂ ਇਹ ਪੰਜਾਬੀ ਕੀਤਾ ਮਤਲਬ ਮੈਂ ਬੜੀ ਹੈਰਾਨ ਦੀ ਗੱਲ ਕਹਉਂ ਤਾਂ ਅਸੀਂ ਪੰਗੇ ਲੈ ਉਹਦਾ ਬਹੁਤ ਹੈ ਇਹ ਚਲੋ ਜੰਕਸਟਰ ਸਾਡੇ ਨਾਲ ਜੁੜੇ ਰਹਿਣ ਸਾਡਾ ਮੇਨ ਮਕਸਦ ਇਹ ਸਿਗਾ 뮤직 ਨੂੰ ਵਿੱਚ ਤਬਦੀਲ ਕਰਨ ਦਾ ਕਿ ਜੰਕਸਟਰ ਸਾਡੇ ਨਾਲ ਜੁੜਨ ਥੋੜਾ ਜਿਹਾ 뮤직 ਜਿਹੜਾ ਸਾਡਾ ਉਹ ਗੋਰਿਆਂ ਦੇ ਲੈਵਲ ਦਾ ਆਵੇ ਗੋਰਿਆਂ ਨੂੰ ਫਿਰ ਅਸੀਂ ਮਗਰ ਲਾਇਆ ਪੁਣ ਇਦਾਂ ਨਾ ਉਹ ਜਿਹੜਾ 뮤직 ਅਸੀਂ ਅੱਜ ਤੋਂ 15 ਸਾਲ ਪਹਿਲਾਂ ਕਰ ਚੁੱਕੇ ਆ ਲੋਕ ਹੌਣ ਕਰ ਰਿਹਾ ਔਰ ਉਹਨੂੰ ਸੋਦੇ ਵੀ ਬਹੁਤ ਵੱਡਾ 뮤직 ਜਿਹੜਾ ਇਹ ਬੜਾ ਮਾਡਰਨ 뮤직 ਆ ਰਿਹਾ ਤੁਸੀਂ ਹਰ ਤੀਜਾ ਗਾਣਾ ਚੱਕ ਕੇ ਦੇਖ ਲਓ ਇੱਕੋ ਹੀ ਢੋਲ ਕੀ ਆ ਔਰ ਇੱਕੋ ਹੀ ਤੂਰ ਨਾਲ ਉਹਦੇ ਟੂੰਬੀ ਵੱਜਦੀ ਆ ਇਹ ਕਿਹੜਾ ਮਾਡਰਨ 뮤직 ਹੋਇਆ ਜੀ ਅਸੀਂ ਗਾ ਹੀ ਰਹੇ ਆ ਤੇ ਗਾ ਰਹੇ ਆ ਤੇ ਵਿੱਚ ਉਹੀ ਜਿਹੜਾ 뮤직 ਡਾਇਰੈਕਟਰ ਵੀ ਆ ਉਹੀ ਉਹਦੇ ਬੋਲ ਨੂੰ ਆ ਆ ਆ ਅੱਜ ਡੇਡੇ ਗੋਦੇ ਵੀ ਆ ਉਹ ਵੀ ਐਕਟਿਵ ਹੋ ਚੁੱਕੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਯਾਰ ਸਾਡੀਆਂ ਬੀਟਾਂ ਚੱਕ-ਚੱਕ ਕੇ ਇਹ ਗੀਤ ਬਣਾਈ ਜਾ ਰਿਹਾ ਅਸੀਂ ਨਹੀਂ ਯੂਜ਼ ਕਰ ਸਕਦੇ ਲਨ ਕੀ ਮੈਂ ਦੱਸਾਂ ਕਿਹੜਾ ਕਿਹੜਾ ਨਾਮ ਲਾਵਾਂ ਕਿ ਮਤਲਬ ਕਿੰਨੀਆਂ ਫਿਲਮਾਂ ਦੀਆਂ ਆਫਰ ਆਈਆਂ ਕਿ ਤੁਸੀਂ ਭਾਜੀ ਆ ਸਾਡਾ ਜਿੰਨੇ ਸਾਡੇ ਪੁਰਾਣੇ ਗਾਣੇ ਤੇ ਆ ਆ ਮੈਨੂੰ ਦੇ ਦਿਓ ਜੀ ਆ ਮੈਨੂੰ ਦੇ ਦਿਓ ਜੀ ਬਾ ਅਸੀਂ ਇਹਨੂੰ ਰੀਮਿਕਸ ਕਰਨਾ ਕਿ ਯਾਰ ਜਿਹੜੇ ਸਾਡੇ ਗਾਣੇ ਆ ਕੀ ਗੱਲ ਉਸ ਅਸੀਂ ਪਹਿਲਾਂ ਚੰਗੀ ਤਰ੍ਹਾਂ ਗਾ ਨਹੀਂ ਸਕੇ ਤੂੰ ਇਹਨੂੰ ਰੀਮਿਕਸ ਕਰ ਇਹ ਹੁਣ ਪਰ ਅੱਜਕੱਲ ਸ਼੍ਰੇ ਕੀ ਜ਼ੋਰ ਨੂੰ ਦੇ ਰਹੇ ਹੈ ਕਿ ਹਾਂ ਚਲੋ ਇਹਨਾਂ ਨੇ ਸਾਡਾ 뮤직 ਉੱਥੇ ਪੁਜਾਇਆ ਜਾਂ ਕੋਲੈਬੋਰੇਸ਼ਨਸ ਕਰ ਰਹੇ ਹੈ ਇਹ ਚੀਜ਼ਾਂ ਜਿਹੜੀਆਂ ਹੈ ਨਾ ਚਲੋ ਵਧੀਆ ਗੱਲ ਹੈ ਕਿ ਆਪਣਾ 뮤직 ਹੀ ਜਿਹੜਾ ਉੱਪਰ ਜਾ ਰਿਹਾ ਬਟ ਤੁਸੀਂ ਕਿਤੇ ਨਾ ਕਿਤੇ ਇਹ ਫੀਲ ਕਰਦੇ ਹੋ ਕਿ ਜਦੋਂ ਤੁਸੀਂ 뮤직 ਆਪਣਾ ਵਿਦੇਸ਼ਾਂ ਵਿੱਚ ਪਹੁੰਚਾਇਆ ਸੀਗਾ ਹੈ ਨਾ ਅਦੋਂ ਸਾਡਾ ਫੋਕ 뮤직 ਵੀ ਜਿਹੜਾ ਉਹ ਬਚਿਆ ਸੀਗਾ ਹੈ ਨਾ ਉਸ ਵੇਲੇ ਉਹ 뮤직 ਸਾਡਾ ਕਹਿਆ ਜਾਂਦਾ ਕਿ ਪੰਜਾਬ ਦਾ 뮤직 ਹੈ ਬਟ ਅੱਜਕਲ ਜਿਹੜੀ ਬੀਟਸ ਚੱਲਦੀਆਂ ਹੈ ਜਾਂ ਜਿਹੜੇ ਜਿਹੜੇ ਤਰ੍ਹਾਂ ਦੇ ਗਾਣੇ ਚੱਲ ਰਹੇ ਆ ਵੈਸਟ ਨੂੰ ਆਪਣੇ ਜਿਹੜੇ ਅੱਜਕੱਲ ਦੇ ਨਵੇਂ ਮੁੰਡੇ ਜਿਹ अपना म्यूजिक ਜਿਹੜਾ ਉਹ ਪਿੱਛੇ ਰਹਿ ਰਿਹਾ ਪਿੱਛੇ ਛੱਡ ਕੇ ਤੁਹਾਨੂੰ ਤੁਸੀਂ ਜਦੋਂ ਗੀਤ ਸੁਣਦੇ ਹੋ ਤੁਹਾਨੂੰ ਲੱਗਦਾ ਹੀ ਨਹੀਂ ਇਹ ਪੰਜਾਬੀ ਕੀਤਾ ਮਤਲਬ ਮੈਂ ਬੜੀ ਹੈਰਾਨ ਦੀ ਗੱਲ ਕਰਦਾ ਹਾਂ ਹਾਂ ਅਸੀਂ ਬਾਹਰ ਰਹਿਨੇ ਆ ਸਾਡੀ ਤਾਂ ਮਜਬੂਰੀ ਕੁਝ ਹੋ ਸਕਦੀ ਹੈ ਵੀ ਉੱਥੇ ਇਹ ਇੰਡੀਅਨ ਇਨਸਟਰੂਮੈਂਟ ਘਟਨੇ ਤੇ ਚਲੋ ਬੰਦਾ ਸੋਦਾ ਜਾਂ ਅਸੀਂ ਅਸੀਂ ਪਹਿਲਾਂ ਬਹੁਤ ਮਾਡਰਨ ਕੀਤਾ 뮤ਜ਼ਿਕ ਪਹਿਲਾਂ ਅਸੀਂ ਫੋਕ ਤੋਂ ਸ਼ੁਰੂ ਕੀਤਾ ਪੰਜਾਬੀ ਤੁੰਬੀ ਜਿਹੜੀ ਪਹਿਲੇ ਗੋਣੋਸ਼ ਕਿ ਮਿਠਾ ਉਹ ਬਿਲਕੁਲ ਪਿਓਰ ਫੋਕ ਆ ਉਹਨੂੰ ਥੋੜਾ ਫਿਰ ਰੀਮਿਕਸ ਵੀ ਅਸੀਂ ਕੀਤਾ ਅਸੀਂ ਪੰਗੇ ਲੈ ਉਹਦਾ ਬਹੁਤ ਹੈ ਇਹ ਚਲੋ ਜੰਕਸਟਰ ਸਾਡੇ ਨਾਲ ਜੁੜੇ ਰਹਿਣ ਸਾਡਾ ਮੇਨ ਮਕਸਦ ਇਹ ਸਿਗਾ 뮤ਜ਼ਿਕ ਨੂੰ ਵਿੱਚ ਤਬਦੀਲ ਕਰਨ ਦਾ ਕਿ ਜੰਕਸਟਰ ਸਾਡੇ ਨਾਲ ਜੁੜਨ ਥੋੜਾ ਜਿਹਾ 뮤ਜ਼ਿਕ ਜਿਹੜਾ ਸਾਡਾ ਉਹ ਗੋਰੀਆਂ ਦੇ ਲੈਵਲ ਦਾ ਆਵੇ ਗੋਰੀਆਂ ਨੂੰ ਫਿਰ ਅਸੀਂ ਮਗਰ ਲਾਇਆ ਗੋਰੇ ਸਾਡੇ ਨਾਲ ਵਜਾਇਆ ਗੋਰਾ ਦਾ ਗੋਰੀਆਂ ਦੇ ਸਟੂਡੈਂਟ ਮਲ ਸਟੂਡੀਓ ਚ ਜਾ ਕੇ ਅਸੀਂ ਰਿਕਾਰਡਿੰਗਾਂ ਕੀਤੀਆਂ ਤੇ ਉਹ ਉਹ ਹੁਣ ਇਦਾਂ ਨਾ ਉਹ ਜਿਹੜਾ 뮤ਜ਼ਿਕ ਅਸੀਂ ਅੱਜ ਤੋਂ 15 ਸਾਲ ਪਹਿਲਾਂ ਕਰ ਚੁੱਕੇ ਆ ਲੋਕ ਹੁਣ ਕਰ ਰਹੇ ਔਰ ਉਹਨੂੰ ਸੋਦੇ ਵੀ ਬਹੁਤ ਵੱਡਾ 뮤ਜ਼ਿਕ ਜਿਹੜਾ ਇਹ ਬੜਾ ਮਾਡਰਨ 뮤ਜ਼ਿਕ ਆ ਰਿਹਾ ਤੁਸੀਂ ਹਰ ਤੀਜਾ ਗਾਣਾ ਚੱਕ ਕੇ ਦੇਖ ਲਓ ਇੱਕੋ ਹੀ ਢੋਲ ਕੀ ਆ ਔਰ ਇੱਕੋ ਹੀ ਤੂਰ ਨਾਲ ਉਹਦੇ ਟੂੰਬੀ ਵੱਜਦੀਆਂ ਇਹ ਕਿਹੜਾ ਮਾਡਰਨ 뮤ਜ਼ਿਕ ਹੋਇਆ ਤੂੰ ਵੀ ਦਾ ਢੋਲ ਕੀਆ ਔਰ ਕੋਈ ਪੀਸ ਹੀ ਨਹੀਂ ਹੈਗਾ ਮਿਊਜ਼ਿਕ ਦਾ ਮਤਲਬ ਹੁੰਦਾ ਕਿ ਪੀਸਸ ਕੀ ਹੈ ਟੰਗੜ ਅੰਗੜ 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 ਇਹ ਇਹ ਪੀਸ ਨੇ ਇਹ ਮਿਊਜ਼ਿਕ ਹੈ ਜੇ ਅਸੀਂ ਗਾ ਹੀ ਰਹੇ ਹਾਂ ਤੇ ਗਾ ਕਰ ਰਹੇ ਹਾਂ ਤੇ ਵਿੱਚ ਉਹੀ ਜਿਹੜਾ ਮਿਊਜ਼ਿਕ ਡਾਇਰੈਕਟਰ ਵੀ ਹੈ ਉਹੀ ਉਹਦੇ ਬੋਲ ਨੂੰ ਆ ਆ ਆ ਅੱਜ ਲਿਰਿਕ ਵੀ ਬੰਦਾ ਤੇ ਬੰਦਾ ਸੋਦਾ ਵੀ ਹਲੇ ਮਿਊਜ਼ਿਕ ਕਰਨ ਵਾਲਾ ਜਿਹੜਾ ਰਿਲੀਜ਼ ਹੋਇਆ ਹੁੰਦਾ ਸੋ ਬਹੁਤ ਧਿਆਨ ਦੇਣ ਵਾਲੀਆਂ ਗੱਲਾਂ ਹੈ ਸਾਡੇ 뮤ਜ਼ਿਕ ਦੇ ਵਿੱਚ ਚੰਗਾ ਲਿਰਿਕਸ ਪਹਿਲਾਂ ਲਿਆਉਣਾ ਗੱਲਬਾਤ ਅਸੀਂ ਕਰ ਕੀ ਰਹੇ ਹਾਂ ਔਰ ਦੂਜੀ ਗੱਲ ਹੈ ਕਿ ਤੁਸੀਂ ਉਹਦਾ 뮤ਜ਼ਿਕ ਦੇ ਜੇ ਤੁਸੀਂ 뮤ਜ਼ਿਕ ਕਹਿ ਰਹੇ ਹੋ ਤਾਂ 뮤ਜ਼ਿਕ ਹੈਗਾ ਵੀ ਆ ਵਿੱਚ ਲਿਰਿਕਸ ਦੀ ਆਪਾਂ ਗੱਲ ਸੋਰੀ ਮੈਂ ਤੁਹਾਡੀ ਗੱਲ ਕੱਟੀ ਇੱਥੇ ਵਿੱਚ ਬਟ ਲਿਰਿਕਸ ਜਿਹਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਤੁਸੀਂ ਇਹਦੇ ਲਿਰਿਕਸ ਸਾਫ਼ ਲਿਖੇ ਹੋਏ ਹੈ ਹਨ ਗੱਲ ਸਮਝ ਆਉਂਦੀ ਕਿ ਬੰਦਾ ਕਰ ਕੀ ਰਿਹਾ ਹੈ ਹਨ ਬਟ ਅੱਜ ਕੱਲ ਦੇ 뮤직 ਦੇ ਵਿੱਚ ਸਮਝ ਨਹੀਂ ਆ ਰਿਹਾ ਹੁੰਦਾ ਕਿ ਲਿਰਿਕਸ ਕੀ ਚੱਲ ਰਹੇ ਹੈ ਕਿਹੜਾ ਵਰਡ ਬੋਲਤਾ ਉਹਨੇ ਜਾਂ ਕਿਹੜੀ ਚੀਜ਼ ਉਹਨੇ ਬੋਲੀ ਹੈ ਉਹ ਪੋਰਟਰੀ ਕੀ ਕਰਨਾ ਚਾਹ ਰਿਹਾ ਉਹ ਸਮਝ ਨਹੀਂ ਆਂਦਾ ਬਟ ਜਿਹੜਾ 뮤직 ਜਿਹੜੀ ਬੀਟਸ ਹੈ ਉਹ ਬੜੀਆਂ ਹਾਈ ਚੱਲ ਜਾਂਦੀ ਹੈ ਤੇ ਇਹਦੇ ਕਰਕੇ ਲਿਰਿਕਸ ਜਿਹੜਾ ਹੈ ਉਹ ਵਿੱਚ ਰਹਿ ਜਾਂਦਾ ਹੈ ਉਹ ਇੰਟਰਨੈਟ ਤੇ ਸਾਰਾ ਕੁਝ ਹੀ ਪਿਆ ਅੱਜ ਅਸੀਂ ਇਸ ਕਿਉਂਕਿ ਅਸੀਂ ਬਾਹਰ ਰਹਿੰਦੇ ਆ ਅਸੀਂ ਨਹੀਂ ਇਹ ਜਿਹੜੇ ਹੁਣ ਨਵੇਂ ਜੰਕਸ਼ਨ ਆ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਮੈਂ ਇਹ ਬੜੀ ਜਨਰਲ ਨੋਲੇਜ ਹੀ ਤੁਹਾਨੂੰ ਸਾਰਿਆਂ ਨੂੰ ਗੱਲ ਦੱਸਣ ਲੱਗਾ ਕਿ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਜਿਹੜੇ ਗੋਰੇ ਵੀ ਆ ਉਹ ਵੀ ਐਕਟਿਵ ਹੋ ਚੁੱਕੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਯਾਰ ਸਾਡੀਆਂ ਬੀਟਾਂ ਚੱਕ-ਚੱਕ ਕੇ ਇਹ ਗੀਤ ਬਣਾਈ ਜਾ ਰਿਹਾ ਅਸੀਂ ਇਨੀ ਯੂਜ਼ ਕਰ ਸਕਦੇ ਕਿਉਂਕਿ ਅਸੀਂ ਬਾਹਰ ਲੈਂਦੇ ਆ ਅਸੀਂ 30 ਸੈਕਿੰਡ ਤੋਂ ਜਾਂ 5 ਸੈਕਿੰਡ ਤੋਂ ਬਾਅਦ ਵੀ ਜ ਕਰੀਏ ਸਾਡੇ ਤੇ ਕਲੇਮ ਆ ਜਾਊਗਾ ਉਹ ਵੀ ਕਲੇਮ ਪਾਉਣ ਨੂੰ ਤਿਆਰ ਆ ਕਿ ਜਿਹੜੇ ਲੋਕ ਇਦਾਂ ਚੱਕਦੇ ਕਿਉਂਕਿ ਤੁਸੀਂ ਉਦਾਂ ਹੀ ਐਵੇਂ ਬੀਟ ਚੱਕ ਲਈ ਕਿਸੇ ਦਾ ਕੋਈ ਬੇਸ ਚੱਕ ਲਿਆ ਕਿਸੇ ਕੁਛ ਕਰ ਬੰਦਾ 뮤జిక్ ਡਾਇਰੈਕਟਰ ਏ ਆ ਇਦਾਂ ਨਹੀਂ ਮੀਜ਼ ਬਣਦਾ ਤੁਸੀਂ ਆਪਣੇ ਤੌਰ ਤੇ ਖੋਤ ਬਣਾਓ ਹਾਂ ਮਾਡਰਨ ਇਹਨੂੰ ਇਹਨੂੰ ਮਾਡਰਨ 뮤జిక్ ਦਾ ਮਤਲਬ ਇਹ ਨਹੀਂ ਹੁਣ ਚਾ ਬਜਾਇਆ ਹੋਊਗਾ ਪਿੱਛੇ ਜਿਹੜਾ ਜਿਹੜਾ ਮਾਡਰਨ ਬਹੁਤ ਰੱਖਿਆ ਹੋਊਗਾ 뮤జిక్ ਨਾਲ ਲੱਗੋ ਜੇ ਬਜ ਰਿਆ ਹੁੰਦੇ ਜਾਂ ਨਾਲ ਟੱਡ ਸਰੰਗੀ বাজਦੇ ਹੁੰਦੀ ਇਹਦਾ ਕੰਬੀਨੇਸ਼ਨ ਕੀ ਆ ਉਹਨੂੰ ਮਤਲਬ ਥੋੜਾ ਜਿਹਾ ਤੁਸੀਂ ਉਸ ਤਰੀਕੇ ਦੀ ਵੀ ਗੱਲ ਰੱਖੋ ਤੇ ਗਿਟਾਰ ਰੱਖੋ ਉੱਤੇ ਥੋੜਾ ਜਿਹਾ ਹੋਰ ਫਿਰ ਮਾਡਰਨ ਫੀਲ ਰੱਖੋ ਤੇ ਪਿਆਨੋ ਰੱਖੋ ਕੋਈ ਸਮਥਿੰਗ ਰੱਖੋ ਸੋ ਜੇ ਤੁਸੀਂ ਮਾਡਰਨ ਕਰਨਾ ਫਿਰ ਪ੍ਰੋਪਰ ਮਾਡਰਨ ਦਾ ਵੀ ਕੰਮ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਗੋਰੀਆਂ ਨੂੰ ਵੀ ਜੇ ਸਾਡੀ ਜੇ ਬੀਟ ਕੋਈ ਚੇਂਜ ਵੀ ਕਰ ਲਈਏ ਪਰ ਇਹਨਾਂ ਦਾ ਕਮਾਲ ਹੈ ਇੰਡੀਅਨ ਜਿਹੜਾ ਜਿਹੜਾ ਇਹਨਾਂ ਦਾ ਉਹ ਰੂਟਸ ਐਂਡ ਕਲਚਰ ਵਾਲੀ ਗੱਲ ਆ ਉਹ ਉੱਥੇ ਸਟਿਲ ਹੈਗੀ ਸਟਿਲ ਹੈਗਾ ਬਿਲਕੁਲ ਅੱਛਾ ਤੁਹਾਡੇ ਗਾਣੇ ਬੜੇ ਰੀਕ੍ਰੀਏਟ ਹੋਏ ਬਾਲੀਵੁੱਡ ਦੇ ਵਿੱਚ ਵੀ ਹੈਨਾ ਸੋ ਉਹ ਗਾਣੇ ਚੱਲੇ ਬਹੁਤ ਐ ਫਿਲਮਾਂ ਦੇ ਨਾਮ ਵੀ ਇਹ ਫਿਲਮ ਦਾ ਨਾਮ ਵੀ ਸੀਗਾ ਤੁਹਾਡੇ ਗਾਣੇ ਦੇ ਹੈ ਨਾ ਟਾਈਟਲ ਦੇ ਨਾਲ ਹਾਂ ਸੋ ਅੱਗੇ ਕੁਝ ਲੱਗ ਰਿਹਾ ਹੈ ਕਿ ਹੋਰ ਗੱਲਾਂ ਚੱਲ ਰਹੀਆਂ ਨੇ ਕੁਝ ਹੈ ਪ੍ਰੋਜੈਕਟਸ ਅੱਗੇ ਜੋ ਕਿ ਰੀਕ੍ਰੀਏਟ ਕਰਨਗੇ ਹੋ ਫਿਲਮਾਂ ਵਾਲਿਆਂ ਦੀ ਵੀ ਮੈਂ ਬਹੁਤ ਦੁਵਾਲੇ ਹੋਣ ਨੂੰ ਫਿਰਦਾ ਜੀ ਕਿਉਂਕਿ ਜਦੋਂ ਸੁਣਦੇ ਆ ਉਹਨਾਂ ਬੜਾ ਦੁੱਖ ਲੱਗਦਾ ਕਿ ਪਤਾ ਹੀ ਨਹੀਂ ਲੱਗਦਾ ਗਾਕ ਹੀ ਰਹੇ ਹੋ ਹੁਣ ਮੈਨੂੰ ਪ ਕੀ ਮੈਂ ਦੱਸਾਂ ਕਿਹੜਾ ਕਿਹੜਾ ਨਾਮ ਲਵਾਂ ਕਿ ਮਤਲਬ ਕਿੰਨੀਆਂ ਫਿਲਮਾਂ ਦੀਆਂ ਆਫਰ ਆਈਆਂ ਕਿ ਤੁਸੀਂ ਭਾਜੀ ਆ ਸਾਡਾ ਜਿੰਨੇ ਸਾਡੇ ਪੁਰਾਣੇ ਗਾਣੇ ਕਿ ਆ ਆ ਮੈਨੂੰ ਦੇ ਦਿਓ ਜੀ ਆ ਮੈਨੂੰ ਦੇ ਦਿਓ ਜੀ ਅਸੀਂ ਇਹਨੂੰ ਰੀਮਿਕਸ ਕਰਨਾ ਕਿ ਯਾਰ ਜਿਹੜੇ ਸਾਡੇ ਗਾਣੇ ਆ ਕੀ ਗੱਲ ਉਸ ਅਸੀਂ ਪਹਿਲਾਂ ਚੰਗੀ ਤਰ੍ਹਾਂ ਗਾ ਨਹੀਂ ਸਕੇ ਤੂੰ ਇਹਨੂੰ ਰੀਮਿਕਸ ਮਤਲਬ ਕਿਉਂ ਹੋਰ ਦੂਜੀ ਗੱਲ ਤੁਸੀਂ ਵਿਗਾੜ ਦੇਣਾ ਗਾਣਾ ਉਹਨਾਂ ਨੂੰ ਸਿਰਫ ਹੁੱਕ ਲੈਣ ਚਾਹੀਦੀ ਹੈ ਹੁੱਕ ਲੈਣ ਤੋਂ ਬਾਅਦ ਕਹਿੰਦੇ ਜੀ ਬਾਕੀ ਹੁਣ ਮੈਂ ਰਾਈਟਰ ਦਾ ਨਾਮ ਨਹੀਂ ਲਵਾਂਗਾ ਸਾਡਾ ਇੱਕ ਪੰਜਾਬੀ ਭਰਾ ਉੱਥੇ ਬੈਠਾ ਉਹ ਤੋੜ-ਵਰੋੜ ਕੇ ਸਾਰੇ ਲਿਖੀ ਜਾਂਦਾ ਵੇ ਬਾਕੀ ਦਾ ਉਹ ਤੋਂ ਕਰਾ ਲੈਣਾ ਉਹ ਮੈਂ ਕਿਹਾ ਕਿਉਂ ਗੀਤ ਮੇਰਾ ਲਿਖਿਆ ਆ ਤੇ ਵੀ ਸਾਡੇ ਵੀਰ ਜੀ ਦਾ ਲਿਖਿਆ ਤੇ ਇਹਨੂੰ ਅਸੀਂ ਬਾਲੀਵੁੱਡ ਤੋਂ ਜਾਂ ਕਿ ਕਿਸੇ ਹੋਰ ਤੋਂ ਹਿੰਦੀ ਸਾਨੂੰ ਹਿੰਦੀ ਲਫ਼ਜ਼ ਚਾਹੀਦੇ ਆ ਹਿੰਦੀ ਵਾਲੇ ਤਾਂ ਪੰਜਾਬੀ ਬਣਦੇ ਆ ਤੇ ਤੁਸੀਂ ਕਿਉਂ ਹਿੰਦੀ ਜੀ ਕਰਨਾ ਔਰ ਸਾਡਾ ਹੀ ਗਾਣਾ ਆ ਸੋ ਉਹਨੂੰ ਜਿਹੜੇ ਹਿੰਦੀ ਬਾਲੀਵੁੱਡ ਦੇ ਵਿੱਚ ਹੀ ਗੀਤਾਂ ਨੂੰ ਨਾ ਮਤਲਬ ਵਿਗਾੜੇ ਜਾ ਜਾ ਰਿਹਾ ਮਿਊਜ਼ਿਕ ਉੱਥੇ ਵੀ ਦੇਖੋ ਤੁਸੀਂ ਜਿਹੜੇ ਪੁਰਾਣੇ ਮਿਊਜ਼ਿਕ ਡਾਇਰੈਕਟਰ ਸੀਗੇ ਉਹ ਵਿਚਾਰੇ ਚੌਪਾ ਬੈਠਿਆ ਉਹ ਕੋਈ ਵੀ ਨਹੀਂ ਆ ਰਿਹਾ ਹਿੰਦੀ ਫਿਲਮਾਂ ਚ ਵੀ ਪੰਜਾਬੀ ਫਿਲਮਾਂ ਚ ਵੀ ਇਰਜਾਨ ਹੋ ਗਿਆ ਵੀ ਇੱਕ ਪੰਜਾਬੀ ਫਿਲਮ ਦਾ ਮਿਊਜ਼ਿਕ ਡਾਇਰੈਕਟਰ ਇੱਕ ਹੁੰਦਾ ਸੀ ਉਹਨੂੰ ਪਤਾ ਮੈਂ ਕਿਹੜੀ ਸਟੋਰੀ ਦੇ ਹਿਸਾਬ ਨਾਲ ਕੀ ਕੀ ਗਾਣੇ ਪਾਉਣੇ ਆ ਔਰ ਇੱਥੇ ਸਿਟਿੰਗਾਂ ਹੁੰਦੀਆਂ ਸੀ ਦੋ ਦੋ ਹਫ਼ਤੇ ਸਿਟਿੰਗ ਹੁੰਦੀ ਸੀ ਕਿਹੜੀ ਲੋਕੇਸ਼ਨ ਤੇ ਕਿਹੜਾ ਗਾਣਾ ਇੱਥੇ ਸ਼ੂਟ ਕਰੂਗਾ ਹੁਣ 6 7 ਤਾਂ ਮੀਡੀਆ ਡਾਇਰੈਕਟਰ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸੈਟ ਆ ਫੇਸਬੁੱਕ ਪੇਜ ਬਾਲੀਵੁੱਡ ਧੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ